ਆ ਨੇ ਵਿਦੇਸ਼ੀ ਕਿਸਾਨ ਜਿਹੜੇ ਸਰਕਾਰਾਂ ਦੇ ਖਿਲਾਫ ਦੇਖੋ ਕਿੰਜ ਪ੍ਰਦਰਸ਼ਨ ਕਰਦੇ ਨੇ। ਪੂਰੇ ਸ਼ਹਿਰ ਦੇ ਵਿੱਚ ਧੂਆਂ ਹੀ ਧੂਆਂ, ਲਾਲ ਰੰਗ ਦਾ ਗੁਬਾਰ ਪੂਰੇ ਇਲਾਕੇ ਦੇ ਵਿੱਚ ਛਾ ਜਾਂਦਾ ਹੈ, ਪੂਰੇ ਸ਼ਹਿਰ ਦੇ ਵਿੱਚ ਆਵਾਜ਼ ਹੀ ਆਵਾਜ਼ ਹੋ ਜਾਂਦੀ ਹੈ, ਸ਼ੋਰ ਸ਼ਰਾਬਾ ਮੱਚ ਜਾਂਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੋਲੈਂਡ ਦੇ ਕਿਸਾਨਾਂ ਦੀਆਂ ਜਿਹੜੇ ਕਿ ਸੜਕਾਂ 'ਤੇ ਉਤਰੇ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਸਰਕਾਰਾਂ ਦੇ ਵੱਲੋਂ, ਯੂਰੋਪੀਅਨ ਯੂਨੀਅਨ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਨਵਾਂ ਕਾਨੂੰਨ ਲਾਗੂ ਕਰਨ ਦੀ ਗੱਲ ਆਖੀ ਗਈ, ਜਿਸ ਤੋਂ ਬਾਅਦ ਪੂਰੇ ਯੂਰੋਪੀਅਨ ਯੂਨੀਅਨ ਜਿਹੜੇ 28 ਦੇਸ਼ ਨੇ, 28 ਦੇਸ਼ਾਂ ਦੇ ਵਿੱਚੋਂ ਕਈ ਸਾਰੇ ਦੇਸ਼ਾਂ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ। ਕਈ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਦੇ ਨਾਲ ਰੈਲੀਆਂ ਕੱਢੀਆਂ ਜਾ ਰਹੀਆਂ ਨੇ। ਅਤੇ ਇਹ ਤਸਵੀਰਾਂ ਜਿਹੜੇ ਇਹ ਕਿਸਾਨ ਨੇ, ਇਹ ਪੋਲੈਂਡ ਦੇ ਕਿਸਾਨ ਨੇ। ਇਹ ਕਿਸਾਨ ਰੋਸ ਪ੍ਰਦਰਸ਼ਨ ਕਰਨ ਦੇ ਲਈ ਸੜਕਾਂ 'ਤੇ ਇੰਜ ਹੀ ਉਤਰਦੇ ਨੇ। ਜਦ ਕਦੇ ਵੀ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਇਸੇ ਤਰੀਕੇ ਦਾ ਇਹ ਪ੍ਰਦਰਸ਼ਨ ਕਰਦੇ ਨੇ। ਦੇਖ ਸਕਦੇ ਹੋ ਕਿ ਕਿਵੇਂ ਧੂੰਏ ਦੇ ਨਾਲ ਪੂਰਾ ਸ਼ਹਿਰ ਭਰ ਗਿਆ ਹੈ। ਹੂਟਰ ਜਿਹੜੇ ਫੈਕਟਰੀਆਂ ਦੇ ਵਿੱਚ ਹੂਟਰ ਵਜਾਏ ਜਾਂਦੇ ਨੇ, ਉਹ ਸੜਕਾਂ 'ਤੇ ਲੈ ਕੇ ਉਤਰੇ ਨੇ ਕਿਸਾਨ। ਤਾਂ ਪੂਰੇ ਸ਼ਹਿਰ ਦੇ ਵਿੱਚ ਸ਼ੋਰ ਸ਼ਰਾਬਾ ਕਰਕੇ ਲੋਕਾਂ ਨੂੰ ਇਹ ਦੱਸਦੇ ਨੇ ਕਿ ਕਿਸਾਨਾਂ ਨੂੰ ਦਿੱਕਤ ਹੈ ਨਵੇਂ ਬਣਨ ਵਾਲੇ ਲਾਅ ਤੋਂ। ਤਾਂ ਦੇਖ ਹੀ ਸਕਦੇ ਹੋ ਤਸਵੀਰਾਂ, ਪੋਲੈਂਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਾਲ ਰੰਗ ਦਾ ਧੂੰਆਂ ਪੂਰੇ ਸ਼ਹਿਰ ਦੇ ਵਿੱਚ ਕਰ ਦਿੰਦੇ ਨੇ ਕਿਸਾਨ। ਯੂਰੋਪੀਅਨ ਯੂਨੀਅਨ ਦੀ ਗ੍ਰੀਨ ਡੀਲ ਤੋਂ ਪਰੇਸ਼ਾਨ ਨੇ ਕਿਸਾਨ, ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਸਾਰਾ ਪ੍ਰਦਰਸ਼ਨ ਕੀਤਾ ਗਿਆ ਹੈ। ਆ ਨੇ ਵਿਦੇਸ਼ੀ ਕਿਸਾਨ ਜਿਹੜੇ ਸਰਕਾਰਾਂ ਦੇ ਖਿਲਾਫ ਦੇਖੋ ਕਿੰਜ ਪ੍ਰਦਰਸ਼ਨ ਕਰਦੇ ਨੇ। ਪੂਰੇ ਸ਼ਹਿਰ ਦੇ ਵਿੱਚ ਧੂਆਂ ਹੀ ਧੂਆਂ, ਲਾਲ ਰੰਗ ਦਾ ਗੁਬਾਰ ਪੂਰੇ ਇਲਾਕੇ ਦੇ ਵਿੱਚ ਛਾ ਜਾਂਦਾ ਹੈ, ਪੂਰੇ ਸ਼ਹਿਰ ਦੇ ਵਿੱਚ ਆਵਾਜ਼ ਹੀ ਆਵਾਜ਼ ਹੋ ਜਾਂਦੀ ਹੈ, ਸ਼ੋਰ ਸ਼ਰਾਬਾ ਮੱਚ ਜਾਂਦਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੋਲੈਂਡ ਦੇ ਕਿਸਾਨਾਂ ਦੀਆਂ ਜਿਹੜੇ ਕਿ ਸੜਕਾਂ 'ਤੇ ਉਤਰੇ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਸਰਕਾਰਾਂ ਦੇ ਵੱਲੋਂ, ਯੂਰੋਪੀਅਨ ਯੂਨੀਅਨ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਨਵਾਂ ਕਾਨੂੰਨ ਲਾਗੂ ਕਰਨ ਦੀ ਗੱਲ ਆਖੀ ਗਈ, ਜਿਸ ਤੋਂ ਬਾਅਦ ਪੂਰੇ ਯੂਰੋਪੀਅਨ ਯੂਨੀਅਨ ਜਿਹੜੇ 28 ਦੇਸ਼ ਨੇ, 28 ਦੇਸ਼ਾਂ ਦੇ ਵਿੱਚੋਂ ਕਈ ਸਾਰੇ ਦੇਸ਼ਾਂ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ। ਕਈ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਦੇ ਨਾਲ ਰੈਲੀਆਂ ਕੱਢੀਆਂ ਜਾ ਰਹੀਆਂ ਨੇ। ਅਤੇ ਇਹ ਤਸਵੀਰਾਂ ਜਿਹੜੇ ਇਹ ਕਿਸਾਨ ਨੇ, ਇਹ ਪੋਲੈਂਡ ਦੇ ਕਿਸਾਨ ਨੇ। ਇਹ ਕਿਸਾਨ ਰੋਸ ਪ੍ਰਦਰਸ਼ਨ ਕਰਨ ਦੇ ਲਈ ਸੜਕਾਂ 'ਤੇ ਇੰਜ ਹੀ ਉਤਰਦੇ ਨੇ। ਜਦ ਕਦੇ ਵੀ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਇਸੇ ਤਰੀਕੇ ਦਾ ਇਹ ਪ੍ਰਦਰਸ਼ਨ ਕਰਦੇ ਨੇ। ਦੇਖ ਸਕਦੇ ਹੋ ਕਿ ਕਿਵੇਂ ਧੂੰਏ ਦੇ ਨਾਲ ਪੂਰਾ ਸ਼ਹਿਰ ਭਰ ਗਿਆ ਹੈ। ਹੂਟਰ ਜਿਹੜੇ ਫੈਕਟਰੀਆਂ ਦੇ ਵਿੱਚ ਹੂਟਰ ਵਜਾਏ ਜਾਂਦੇ ਨੇ, ਉਹ ਸੜਕਾਂ 'ਤੇ ਲੈ ਕੇ ਉਤਰੇ ਨੇ ਕਿਸਾਨ। ਤਾਂ ਪੂਰੇ ਸ਼ਹਿਰ ਦੇ ਵਿੱਚ ਸ਼ੋਰ ਸ਼ਰਾਬਾ ਕਰਕੇ ਲੋਕਾਂ ਨੂੰ ਇਹ ਦੱਸਦੇ ਨੇ ਕਿ ਕਿਸਾਨਾਂ ਨੂੰ ਦਿੱਕਤ ਹੈ ਨਵੇਂ ਬਣਨ ਵਾਲੇ ਲਾਅ ਤੋਂ। ਤਾਂ ਦੇਖ ਹੀ ਸਕਦੇ ਹੋ ਤਸਵੀਰਾਂ, ਪੋਲੈਂਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਾਲ ਰੰਗ ਦਾ ਧੂੰਆਂ ਪੂਰੇ ਸ਼ਹਿਰ ਦੇ ਵਿੱਚ ਕਰ ਦਿੰਦੇ ਨੇ ਕਿਸਾਨ। ਯੂਰੋਪੀਅਨ ਯੂਨੀਅਨ ਦੀ ਗ੍ਰੀਨ ਡੀਲ ਤੋਂ ਪਰੇਸ਼ਾਨ ਨੇ ਕਿਸਾਨ, ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਸਾਰਾ ਪ੍ਰਦਰਸ਼ਨ ਕੀਤਾ ਗਿਆ ਹੈ।